ਕਰਕੇ ਆਵਾ ਮੇਰੀ ਮੌਜੇ ਪਾਉਣਾ ਮੈਂ ਥੋਂ ਥੋਂ ਕੇ ਕਰਦਾ ਹੁੰਨਾ ਏ ਜਾਨੂ ਦਾ ਕੰਮ ਨਿਬੇੜ ਕੇ ਆ ਗਈ ਓਏ ਹਾਂ ਨਿਵੇਂ ਕਿਹਾ ਦੁਆਰਾ ਉਹ ਚਿੜੀ ਦਾ ਚਿੜੀ ਹੁੰਦੀ ਚਿੜੀ ਯਾਰ ਕਾਂ ਹੁੰਦੇ ਆ ਸਾਂਝੀ ਖੇਤੀ ਕਰਨ ਲਾ ਜਾਂਦੇ ਆ ਉਹ ਕਹਿੰਦਾ ਕਹਿੰਦੇ ਚੱਲ ਆਪਾਂ ਮੱਕੀ ਬੀਜ ਜਾਈਏ ਕਹਿੰਦਾ ਮੈਂ ਆਉਣਾ ਏ ਪੈਰੀ ਮੌਜੇ ਪਾਉਣਾ ਏ ਡੁੰਮ ਡੁੰਮ ਕਰਦਾ ਹੁੰਨਾ ਏ ਕਹਿੰਦੇ ਚਿੜੀ ਮੱਕੀ ਬੀਜ ਵੀ ਆਈ ਆਪ ਬਾਅਦ ਚ ਗਿਆ ਜਿੰਨੇ ਨੇ ਉਹ ਕੰਮ ਹੋ ਗਿਆ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਮੋਟਰ ਤੇ ਆਏ ਆ ਬਾਈ ਨੇ ਲਾਈ ਆ ਲੇਬਰ ਤੁਸੀਂ ਕੰਬਾਈਨ ਵਾਲੀ ਵੀ ਦੇਖ ਲਈ ਕਿਵੇਂ ਵੱਢ ਹੁੰਦੀ ਹੈ ਥਰੈਸ਼ਰ ਵਾਲੀ ਕਢਾਈ ਵੀ ਦੇਖ ਲਈ ਕਿਵੇਂ ਹੁੰਦੀ ਹੈ ਅੱਜ ਤੁਹਾਨੂੰ ਲੇਬਰ ਦਿਖਾਉਂਦੇ ਵੀ ਕਿਵੇਂ ਵੱਢਦੀ ਹੈ ਕਿੰਨੀ ਕੁ ਮਿਹਨਤ ਹੁੰਦੀ ਹੈ ਅਤੇ ਕਿੰਨੇ ਕੁ ਪੈਸੇ ਲੈਂਦੇ ਆ ਅਤੇ ਅਸੀਂ ਇੱਕ ਉਹ ਵੀ ਪੁੱਛ ਕੇ ਆਏ ਆ ਅਤੇ ਬਾਈ ਮੰਨੇ ਬਾਈ ਨੇ ਬਣਾਉਣਾ ਖੇਤਾਂ ਦੇ ਵਿੱਚ ਕੁੱਪ ਕੁੱਪ ਵੀ ਕਹਿੰਦੇ ਉਹਨੂੰ ਹੋਰ ਕੀ ਕਹਿੰਦੇ ਆਪਾਂ ਤਾਂ ਕੁੱਪ ਕਹਿੰਦੇ ਸਾਡੀ ਸਾਈਡ ਤਾਂ ਬਾਈ ਕੁੱਪ ਕਹਿੰਦੇ ਜਿਹੜਾ ਤੂੜੀ ਵਾਲਾ ਹੁੰਦਾ ਏ ਅਤੇ ਅਸੀਂ ਖੜ ਪੁੱਛ ਕੇ ਆਏ ਆ ਸਰਕੜਾ ਕਿਆ ਰੇਟ ਬਾਈ ਦਾ ਆਪਣਾ ਹਾਂ ਕਹਿੰਦੇ ਆ ਸੈਕੜਾ ਕਹਿ ਰਹੇ ਆ ਮਤਲਬ ਕਿ ਇੱਕ ਪੂਲਾ 10 ਰੁਪਏ ਦਾ 1000 ਰੁਪਏ ਹੋ ਗਿਆ 1000 ਰੁਪਏ ਕਹਿ ਰਹੇ ਤੇ ਬਾਈ ਤੇ ਅਸੀਂ ਫੇਰ ਗੱਲ ਕਰੀ ਕਹਿੰਦੇ ਚੱਲ ਕੋਈ ਨਹੀਂ ਵੀ ਤੁਹਾਨੂੰ 900 ਦੇ ਦੂੰਗੇ 9 ਰੁਪਏ ਪੈ ਗਿਆ ਇੱਕ ਪੂਲਾ 9 ਰੁਪਏ ਤਾਂ ਫਿਰ ਕੁੱਪ ਬੰਨ ਹੋਣਾ ਏ ਕੁੱਪ ਜੇ ਤੂੜੀ ਰੱਖਣੀ ਬਾਈ ਨੇ ਤੇ ਹੁਣ ਚਾਹ ਲੈ ਕੇ ਆਏ ਲੇਬਰ ਕੋਲ ਨੂੰ ਤੇ ਤੁਹਾਨੂੰ ਲੇਬਰ ਨੂੰ ਸਾਰੀ ਨੂੰ ਮਿਲਾਉਂਦੇ ਰੇਟ ਪੁੱਛਦੇ ਕਿਆ ਏ ਤੇ ਕਿੰਨੀ ਕੁ ਮਿਹਨਤ ਹੁੰਦੀ ਹੈ ਕਰਦੇ ਜੀ ਵੀਡੀਓ ਸ਼ੁਰੂ ਤੁਸੀਂ ਸਾਰਾ ਕੁਝ ਵੀਡੀਓ ਦੇ ਵਿੱਚ ਦੇਖਿਓ ਤੇ ਹੋਰ ਵੀ ਕਈ ਕੰਮ ਕਰਨੇ ਆ ਉਹ ਵੀ ਵਿੱਚੇ ਕਰੂੰਗੇ ਕਰਦੇ ਜੀ ਹੁਣ ਵੀਡੀਓ ਸ਼ੁਰੂ ਬਾਈ ਜੀ 3-4 ਫਾਂਟਾ ਲਾਤੀ ਇਹਨਾਂ ਨੇ 4 ਬੰਦੇ ਹੀ ਆ ਜੜ ਆ ਰਹੀ ਬਾਈ ਮੀਂਹ ਪਿਆ ਪਿਆ ਦੇਖ ਲਓ ਮੀਂਹ ਕਾਰਨ ਥੋੜੀ ਥੋੜੀ ਜੜ ਆ ਰਹੀ ਨਾਲ ਤੇ ਬਾਈ ਪਹਿਲਾਂ ਤਾਂ ਬੰਦੇ ਦੇਖੋ ਇੱਕ ਬੰਦਾ 2-3-4 ਕਿਆ ਹਾਲ ਆ ਬਾਈ ਤੁਹਾਡਾ ਠੀਕ ਹੈ ਜੀ ਕੰਮ ਕਾਰ ਵਧੀਆ ਚੱਲੀ ਜਾਂਦਾ ਹਾਂ ਕੰਮ ਕਾਰ ਵਧੀਆ ਚੱਲਦਾ ਹੈ ਚੱਲਦਾ ਹੈ ਵਧੀਆ ਨਹੀਂ ਚੱਲਦਾ ਨਹੀਂ ਨਹੀਂ ਯਾਰ ਮਿਹਨਤ ਕਰਦੇ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਕੰਮ ਵਧੀਆ ਚੱਲਦਾ ਹੁੰਦਾ ਹੈ ਨਹੀਂ ਕਿਆ ਐਵਰੇਜ ਵੱਧਦੇ ਇੱਕ ਦਿਨ ਦੀ ਹੈ ਅਬ ਦੇਖੋ ਨਾ ਕਿਆ ਐਵਰੇਜ ਵੱਧਦਾ ਹੈ ਅਬ 8 ਬੰਦਾ ਸਵੇਰ ਸੇ ਲਗਾ ਹੁਆ ਹੈ ਕਿ ਦੇਖੋ ਕਿੰਨਾ ਨਹੀਂ ਹੁਣ ਤੁਸੀਂ ਕਿੰਨੇ ਬੰਦੇ 8 ਕਿ 10 ਬੰਦੇ ਆ 9 ਬੰਦਾ ਹੈ 9 ਬੰਦਾ ਹੈ 9 ਬੰਦਾ 2 ਕਿਲਾ ਆੜਾ ਦਿੰਦਾ ਹੈ ਖਿੱਚ ਕੇ ਰੱਖੇ ਕਰੋ ਯਾਰ ਗਿਰੇ ਪੇ ਕਰਕੇ ਟਾਈਮ ਲੱਗਦਾ ਹੈ ਰੇਟ ਰੂਟ ਠੀਕ ਮਿਲੀ ਜਾਂਦਾ ਚਾਹ ਪੀਓ ਬਾਈ ਹੁਣ ਨਜ਼ਾਰੇ ਗੱਲ ਉਹ ਵੀ ਪੀ ਲੈ ਯਾਰ ਨਹੀਂ ਨਹੀਂ ਅਸੀਂ ਤਾਂ ਪੀ ਕੇ ਆਏ ਤੁਹਾਡੇ ਵਾਸਤੇ ਬਾਕੀ ਬੰਦੇ ਅੱਛਾ ਇੱਧਰ ਨੂੰ ਗਏ ਪਏ ਘੁੰਮਣ ਤੁਹਾਨੂੰ ਪਤਾ ਇਹ ਸਵੇਰ ਦਾ ਟਾਈਮ ਆ ਜੰਗਲ ਪਾਣੀ ਵੀ ਹੁੰਦਾ ਹੋਣਾ ਹੁੰਦਾ ਏ ਮਨੇ ਕਿਆ ਹੋਣਾ ਹੁੰਦਾ ਜੰਗਲ ਪਾਣੀ ਡੋਲੇ ਨਹੀਂ ਦਿਖਾਉਣੇ ਹੈਗੇ ਖੇਤਾਂ 'ਚ ਆਏ ਪਿਆ ਏ ਹਾਂ ਅਤੇ ਬਾਈ ਇੱਕ ਮਨੇ ਉਹ ਵੀ ਦਿਖਾ ਕੇ ਆਉਣੀ ਮਧਾਣੀ ਮਧਾਣੀ ਖਰਾਬ ਹੋ ਗਈ ਤੀ ਬਾਈ ਉਹ ਵੀ ਲੈ ਕੇ ਜਾਣੀ ਇਹਨਾਂ ਦੀ ਅਤੇ ਮਿਹਨਤ ਬਾਈ ਬਹੁਤ ਆ ਤੁਹਾਨੂੰ ਪਤਾ ਹੈ ਥੋੜ੍ਹੀ ਜਿਹੀ ਮਿੱਟੀ ਆ ਰਹੀ ਹੈ ਕਿਉਂਕਿ ਮੀਂਹ ਪੈ ਕੇ ਹਟਿਆ ਪਹਿਲਾਂ ਤੁਹਾਨੂੰ ਪਤਾ ਤਾਂ ਇਹ ਹੁਣ ਹੜੰਬੇ ਦੇ ਵਿੱਚ ਤੰਗ ਕਰੂੰਗੀ ਜੀ ਕਣਕ ਦੇ ਵਿੱਚ ਹੀ ਆਉਣੀ ਹੈ ਉੱਡ ਜਾਏਗਾ ਅਤੇ ਕਿੰਨਾ ਟਾਈਮ ਹੋ ਗਿਆ ਬਾਈ ਪੰਜਾਬ 'ਚ ਕੰਮ ਕਰਦਿਆਂ ਨੂੰ 10-12 ਸਾਲ ਹੋ ਗਏ ਪੰਜਾਬ 'ਚ ਕੰਮ ਕਰਦਿਆਂ ਨੂੰ ਹੈ ਕਿਆ ਬਾਤ ਹੈ ਬਾਈ ਬਾਈ ਆਹ ਜਿਹੜਾ ਬੰਦਾ ਨਾ ਇਹ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਹੈ ਕਦੇ ਤਾਂ ਇੱਕ ਹੀ ਕਰਪੈਨ ਫਰਾਉਣੀ ਹੈ ਕਦੇ ਲੇਬਰ ਕਦੇ ਕਰਪੈਨ ਕਦੇ ਲੇਬਰ ਹਾਰ ਕੇ ਫਿਰ ਜੋ ਚੀਜ਼ ਮਿਲੇ ਬਣਾ ਲਓ ਤੇ ਬਾਈ ਕਾਹਦਾ ਲਾਲਚ ਪੂਰੀ ਕਰਕੇ ਕਰ ਰਹੇ ਹਾਂ ਨਹੀਂ ਤਾਂ ਲੋੜ ਹੀ ਨਹੀਂ ਕੰਬਾਈਨ ਫਰਾਉਣੀ ਸੀ ਕਹਿੰਦਾ ਬਾਈ ਐਤਕੀ ਕਰਪੈਨ ਫਿਰੀ ਜ਼ਿਆਦਾ ਦੂਜੀ ਤੂੜੀ ਖੜਦੀ ਨਹੀਂ ਹੈਗੀ ਜਿਹੜੀ ਮਸ਼ੀਨ ਵਾਲੀ ਹੁੰਦੀ ਹੈ ਵੀ ਆਪਣੀ ਫਿਰ ਇਹੀ ਵਧਾ ਲੈਣੀ ਉਹ ਆਪ ਏਰੀਆ ਦੇਖ ਲੈ ਯਾਰ ਕਿੰਨਾ ਏਰੀਆ ਹੈਗਾ ਕਿਤੇ ਕਿਉਂਕਿ ਜਿਹੜੀ ਇਹ ਤੂੜੀ ਆ ਇੱਕ ਉਹ ਬੰਟੀ ਨੇ ਬੜਾਈ ਆ ਆ ਇਹ ਬਾਹਰ ਸਾਹਮਣੇ ਦੋ ਲੱਗੇ ਪਏ ਦੇਖ ਲਓ ਉਹਨੂੰ ਤੂੜੀ ਦਿਖਾ ਦੇ ਖੇਤ ਨੂੰ ਇਹ ਤੂੜੀ ਬਾਈ ਖੜਦੀ ਆ ਜਿਹੜੀ ਹੜੰਬੇ ਵਾਲੀ ਹੁੰਦੀ ਦੂਜੀ ਤੂੜੀ ਖੜਦੀ ਨਹੀਂ ਹੈਗੀ ਤੂੜੀ ਨਹੀਂ ਹੈਗੀ ਕਿਤੇ ਉਰੇ ਤੂੜੀ ਨਹੀਂ ਹੈਗੀ ਚੱਕ ਦੋ ਫੱਟੇ ਬਾਈ ਅੱਜ ਵੜ ਦੋ ਯਾਰ 2 ਦਿਨ 'ਚ ਨਿਬੇੜੋ ਬੰਦਾ ਵਿਹਲਾ ਕਰੋ ਯਾਰ ਰਾਤ ਲੈ ਕੇ ਆਇਆ ਮੈਂ ਪੰਡ ਚੱਕ ਕੇ ਦੱਲੀ ਵਾਲੀ ਤੂੜੀ ਦੀ ਉਹ ਆ ਗਏ ਬਾਈ ਬਾਕੀ ਬੰਦੇ ਮਨੇ ਤਾਂ ਆਏ ਆ ਤੁਰੇ ਆਉਂਦੇ ਜੀ ਕਿਹੜਾ ਫਿਲਮਾਂ ਐਕਟਰ ਹੁੰਦੇ ਗੁੰਡੇ ਗਡਾਸੇ ਲੈ ਕੇ ਬੂਟੇ ਚ ਰੁਕ ਕੇ ਆ ਰਹੇ ਆ ਫਿਲਮ ਵਾਲਾ ਹੀ ਸੀਨ ਹੋਇਆ ਪਰ ਇਹ ਤਾਂ ਸੀ
हीरो आ रहे हीरो भाई केड़ी कंट्री केड़ी कंट्री रे तुसी साला कंट्री है ही नेपाल का नेपाल दे है नेपाल अच्छा ये उते लग गया लो जी हुन इनु बंदे नु पूछ रहे है भी क्या रेट करया भाई आए नहीं गूंगा नहीं बनना सच दस 6300 भाई ये हुन इने करिया 6300 नु क्योंकि हुन लास्ट मा रह गया कणक कट हुन थोड़ा रेट कट गया बचाले इनु रेट बढ़ता पक्का पक्का ते बिच बिच के आके रहे थे भाई ये हले निकले नी है साढ़े जो निकले ओही दे देना निकलिया क्या देना यार पिछली बार 2000 दा 2500 हो जूगा 2000 2200 जा 2500 हो जूगा हड़म्बे वाले दा बाकी 4 या 5 पीपे भाई लेबर वाले दे हुंदे है वो भी देने जरूरी है चलो भाई केण दा भाव मेहनत बहुत हुंदी है बचदा थोड़ा ही है सब नू देने पैंदे कि नहीं भरा इधर आ गए भाई सारे बंदे चाह पी रहे थानू पता ही है ते लो भाई जी इधर अमने दे लेबर लगी हुई थी वड्ढन उहदे दूई साइड रोडी नहीं लगे पे आ वो भी बेचारे अपनी आपे वड्ढदे थानू उहनां नू मिलाउंदे हुण उहनां को आए है ते पहला मिलो इधर रोडी सिंह अमनी का वीर सत्ता ठीक है ये हैगा रोडी रोडी कहिंदा भी मैं इन्हां दे नाल बढ़ा रहे दो थले थोड़ी जमीन आला भाई बंदा आए है भी अपनी मेहनत करके आप बढ़ सकता है ठीक है सब भाई अपना आप करना चाहिए ठीक है भरा लगे रहो लो जी फिर हुण असीं चले रोपड़ शहर नूं इक तां लेके जानी मने दी बंधाणी जे सैट हुंदी होई तां सैट करा लेणी ते भाई होर क्या करना नींद आउंदी दस ते भाई कैश कढ़ा के लियाउणा क्योंकि ओह लियाउणी चक्के खड़ तां ही कुप बन्नणा है चलिए भाई क्या हो गया तू नखरे जे करी जांदा हो भाई ओ बने हां चाबी लाके मारो बंदा होगा खुश बंदे ने खुशी जी कुल्फियां खिलाती आ कुल्फी ज्यादा भाई किसी केड़ी होंगी थी मैंने केड़ी होंगी है डक्के वाली कुल्फी यही चलूगा चलू यही चलूगा वो बंद हो जाने सारे दुइया हां हूं ये जाए जो डुप्लीकेट माल है सारा केमिकल है सारा बीमारी फैलने दे भाई जी ये दूध वाली अंकल कहना इस केमिकल नहीं दूई से सारी केमिकल है है मने पहला देखो मने ने दूजी चीज खिलाई पहला भी खिलाया कुछ भाई पैसे कितने आ गए थे यूट्यूब बंदा खिला रहा झूठ बोल रहा भाई क्या रहा मेरा कुल्फी का
ਗੋਗੋ ਨਹੀਂ ਹੈਗੀ ਖੋਏ ਵਾਲੀ ਕੁਲਫੀ ਅੰਮ੍ਰਿਤਸਰ ਦੀ ਕੁਲਫੀ ਹੈ ਅੰਮ੍ਰਿਤਸਰ ਦੀ ਖੋਏ ਵਾਲੀ ਕੱਖ ਵੜਤੇ ਜੀ ਹਾਜ਼ਰੇ 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 ਹੀ ਕਹਿੰਦਾ ਜੇ ਸਾਜਰੇ ਨਾ ਵੱਢੀਏ ਤੇ ਸ਼ਾਮ ਨੂੰ ਐਂ ਰਹਿੰਦਾ ਵੀ ਕੱਖ 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 ਕਦ ਵੱਢਣੇ ਕਦ ਉਹ ਕਰੂੰਗੇ ਦੁਪਹਿਰੇ ਨੂੰ ਨਹੀਂ ਨਾ ਵੱਢਉਂਦੇ ਇਹ ਵੀ ਕਦ ਵਿਹਲਾ ਹੋਵਾਂ ਕਦ ਕਿੱਥੇ ਨੂੰ ਜਾਵਾਂ ਫਿਰ ਪਤਾ ਕੱਖ ਤਾਂ ਨਾ ਦੁਪਹਿਰੇ ਨੂੰ ਕਦੇ ਨਾ ਵੱਢੋ ਸ਼ਾਮ ਨੂੰ ਜਦ ਸੁਮੇਰੀ ਹੋ ਜਦ ਬਰਕਤ ਹੁੰਦੀ ਫੇਰ ਤਾਂ ਇਹ ਨਾ ਹੋਰੇ ਤੱਕਣਾ ਜੇ ਹੋ ਉੰਗਰ ਜਾਂਦੇ ਤੇ ਬੈਨੂ ਸੁੱਕ ਜਾਂਦੇ ਆ ਹਾਂ ਖਰਾਬ ਹੋ ਜਾਂਦੇ ਆ ਸਵੇਰੇ ਵੱਢ ਲਓ ਗਿੱਲੇ ਗਿੱਲੇ ਜੇ ਰਹਿੰਦੇ ਨਾ ਖਰਾਬ ਹੁੰਦੇ ਨਾ ਸੁੱਕਦੇ ਆ ਹੋਰ ਜਾਂ ਸ਼ਾਮ ਨੂੰ ਲੋ ਜਾਂ ਸ਼ਾਮ ਨੂੰ ਠੰਡੇ ਹੋਏ 6 ਵਜੇ ਧੁੱਪ ਮਾ ਤਾਂ ਆਪ ਵੀ ਕਾਲੇ ਹੁੰਦੇ ਆ ਕਾਲੇ ਨਹੀਂ ਆਪਦੇ ਕੰਮ ਨਹੀਂ ਹੁੰਦਾ ਹੈਗਾ ਨਾ ਜੀ ਕਰਦਾ ਕਰਨੇ ਨੂੰ ਕੁਛ ਸਾਜਰੇ ਸਾਜਰੇ ਵੱਢ ਲਓ ਜਿਹੜਾ ਕੰਮ ਹੈ ਸਾਜਰੇ ਦਾ ਨਿੰਮਾ ਵੱਢਦਾ ਸਾਜਰੇ ਮੈਂ ਵੱਢਦਾ ਸ਼ਾਮ ਨੂੰ 6 ਵਜੇ ਕਿਉਂਕਿ ਮੈਂ ਵੱਢਣੀ ਹੁੰਦੀ ਪਾਂਡੇ ਕਿ ਨਿੰਮੇਰੇ ਹੁੰਦੇ ਜ਼ਿਆਦਾ ਫੇਰ ਕਹਿੰਦਾ ਸਾਜਰੇ ਵੱਢ ਕੇ ਫਾਇਦਾ ਸਾਨੂੰ ਹਾਂ 2 ਦਿਨ ਦੇ ਲੈ ਜਾਣੇ ਆਪਾਂ ਨੇ 2 ਦਿਨ ਦੇ ਲੈ ਜਾਣੇ ਹਾਂ ਤੇ ਬਾਪੂ ਆਉਂਦਾ ਪਿੱਛੇ ਸਾਈਕਲ ਲੈ ਕੇ ਜੱਸ ਆਉਂਦਾ ਟਰੈਕਟਰ ਲੈ ਕੇ ਟਰੈਕਟਰ ਵਲੱਦ ਲੈਣੇ ਨਾਲ ਦਾਦੀ ਸਾਰੇ ਕਿ ਨਹੀਂ ਹਾਂ ਬਾਈ ਸਾਰੇ ਕੰਮ ਇਕੱਠੇ ਟੈਨਸ਼ਨ ਵੈਨਸ਼ਨ ਲਈ ਦੀ ਨਹੀਂ ਕਿਸੇ ਦੀ ਨਜ਼ਾਰੇ ਲਈ ਦੀ ਹੈ पल्ले ते पैसे पा के देने पैने चल ਇਹ ਤਾਂ ਆਪ ਹੌਲੀ ਹੌਲੀ ਲੱਗੇ ਰਹਿੰਦੇ ਅਸੀਂ ਨਾਲੇ ਸਾਡੇ ਲੱਤਾਂ ਮਹਾਂ ਚੱਲਦੀ ਰਹਿੰਦੀਆਂ ਘਰਾਂ ਵਿਹਲੇ ਬੈਠ ਕੇ ਕੀ ਕਰਨਾ ਦੱਸ ਬੈਠ ਨਹੀਂ ਨਾ ਹੁੰਦਾ ਵਿਹਲੇ ਸਹੀ ਗੱਲ ਆਪਣਾ ਕੰਮ ਆ ਕਿਹੜੇ ਗੁਲਾਮੀ ਕਰਦੇ ਆ ਸਹੀ ਗੱਲ ਆ ਆਪਣਾ ਕੰਮ ਆ ਮਰਜ਼ੀ ਦਾ ਕੰਮ ਹੈ ਜਾਜੀ ਕਰਿਆ ਘਰਦਿਆਂ ਨਾਲ ਰੁੱਸ ਜੋ ਜਾਜੀ ਕਰਿਆ ਆਪਣਾ ਲੱਗ ਜੋ ਹੱਸ ਜੋ ਬਾਈ ਜੀ ਤੁਸੀਂ ਕਹੀ ਜਾਂਦੇ ਜੱਟ ਵਿਹਲਾ ਏ ਇੰਨੇ ਕੱਖ ਵੱਢਣੇ ਪੈਂਦੇ ਇੰਨੇ ਥੋੜੇ ਬਹੁਤੇ ਨਹੀਂ ਇੰਨੇ 4 ਪੰਡਾਂ ਆ ਦੇਖ ਲਓ ਗਰਮੀ ਹੋ ਗਈ ਆ ਝੱਗਾ ਵੀ ਖੋਲ ਕੇ ਰੱਖਦਾ ਅੱਧਾ ਘੰਟਾ ਹੋ ਗਿਆ ਲੱਗੇ ਨੂੰ ਥੱਬੇ ਪਰ ਥੱਬਾ ਪਿਆ ਜਿੱਧਰ ਨੂੰ ਮਰਜ਼ੀ ਦੇਖ ਲਓ ਲੈ ਅਲਜਿਆ ਪਿਆ ਏ ਦਬਦਾ ਦੁਬਦਾ ਨਹੀਂ ਹੈਗਾ ਬਾਪੂ ਨਿਵੇਂ ਕਿਆ ਕਹਿੰਦਾ ਉਹ ਕਹਿੰਦਾ ਤੁਰਿਆ ਹੋਇਆ ਬਾਪੂ ਆਏ ਨਹੀਂ ਬਾਪੂ ਭਾਈ ਲਾਰਾ ਲਾ ਗਿਆ ਜੱਸ ਕਹਿੰਦਾ ਹੁਣ ਪਤਾ ਨਹੀਂ ਕਿੱਧਰ ਹੋਣਾ ਅੱਧਾ ਘੰਟਾ ਹੋ ਗਿਆ ਬਾਪੂ ਨੂੰ ਤੁਰੇ ਨੂੰ ਨਿਵੇਂ ਨਾਲ ਪੜਾਉਂਦਾ ਹੈ ਬਾਪੂ ਪਹੁੰਚਿਆ ਹੀ ਨਹੀਂ ਹੈਗਾ ਜਾਨੂ ਕੰਮ ਹੋ ਗਿਆ ਨਿਵੇਂ ਕਿਹੜੀ ਕਿਹਾ ਹੁੰਦੀ ਆ ਕਿਆ ਬਣਦਾ ਇਹਦੇ ਪਰ ਵੀ ਜਿੰਨੇ ਨੂੰ ਆਇਆ ਇੰਨੇ ਨੂੰ ਕੰਮ ਹੋ ਗਿਆ ਕਹਾਵਤ ਬਣਦੀ ਆ ਕੋਈ ਦੱਸ ਦਿਓ ਭਾਈ ਪੈਰੀ ਪੌਜਾ ਪਾਵਾਂ ਜਿੰਨੇ ਨੂੰ ਜਾਵਾਂ ਇੰਨੇ ਨੂੰ ਕੰਮ ਕਰਕੇ ਆਵਾਂ ਜਾਨੂੰ ਦਾ ਕੰਮ ਨਿਬੇੜ ਕੇ ਆ ਗਈ ਹਾਂ ਕਿਹਾ ਦੁਬਾਰਾ ਉਹ ਚਿੜੇ ਨਾ ਚਿੜੇ ਹੁੰਦੇ ਚਿੜੇ ਯਾਰ ਕਾਂ ਹੁੰਦੇ ਆ ਸਾਂਝੀ ਖੇਤੀ ਕਰਨ ਲੱਗ ਜਾਂਦੇ ਆ ਉਹ ਕਹਿੰਦਾ ਕਹਿੰਦੇ ਚੱਲ ਆਪਾਂ ਮੱਕੀ ਬੀਜ ਜਾਈਏ ਕਹਿੰਦਾ ਮੈਂ ਆਉਂਦਾ ਏ ਪੈਰੀ ਮੌਜੇ ਪਾਉਂਦਾ ਏ ਠੁੰਮ ਠੁੰਮ ਕਰਦਾ ਆਉਂਦਾ ਏ ਕਹਿੰਦੇ ਚਿੜੀ ਮੱਕੀ ਬੀਜ ਵੀ ਆਈ ਆਪ ਬਾਅਦ ਚ ਗਏ ਜਿੰਨੇ ਨੂੰ ਉਹ ਕੰਮ ਹੋ ਗਿਆ ਲੋ ਬਾਈ ਉਹੀ ਕੰਮ ਹੈ ਬਾਪੂ ਆਇਆ ਨੀ ਹੈਗਾ ਨਿੰਮੇ ਨੇ ਕੱਲੇ ਨੇ ਵੱਢ ਲਏ ਜੱਸ ਆਉਂਦਾ ਜੱਸ ਚ ਕੰਮ ਕਰਦਾ